जी साढ़े पिता जी श्री नवल किंबो जी शुरू तो उन्होंने अपने जवानी टाइम तो बुलेट ही रखे तो साढ़े घर बुलेट ही बाइक रही है तो असी आप बुलेट सानू बहुत पसंद है जिस करके असी सोचा कि क्यों ना एक नवा ट्रेंड चलाया जाए और समाज में एक नवा मैसेज दिता जाए और बुलेट के उपर डोली लैके आप आईए। तो करोना महामारी के कारण जो पंजाब सरकार ने गाइडलाइन दी है 20 बंदे तो घट तो ही एक बड़ा नॉर्मल मैरिज की है जिस परिवार तो लड़की का वालों किया गया एक पोलिटिकल फैमिली और समृद्ध परिवार ना संबंध रखते हुए भी साढ़े लिए बहुत मुश्किल सेगा इस चीज़ को फॉलो करना और सिर्फ परिवारिक मैंबरों को ले जाके शादी करना। बट जो आज दे करोना करके हालात चल रहे ने और भारत सरकार वालों और पंजाब सरकार वालों जो भी गाइडलाइनस जारी की गई सगियाँ असी कोशिश की है उस गाइडलाइन पूरा निभाने की और सिर्फ परिवार के ही लड़की दे और मेरे परिवार के मैंबरस ने जाके असी बड़ी सिंपल तो छोटे जे कट दे विच मैरिज की है। ਕਿਹੜੇ ਲੜਕੇ ਵਾਲਿਆਂ ਦੀਆਂ ਨਾ ਬਹੁਤ ਸਾਰੀਆਂ ਮੰਗਾਂ ਹੁੰਦੀਆਂ, ਲੜਕੀਆਂ ਨੂੰ ਕਿਹਾ ਜਾਂਦਾ ਹਾਂ ਵੀ ਮੈਂ ਸਾਨੂੰ ਦੇਜ ਚਾਹੀਦਾ, ਸਾਨੂੰ ਗੱਡੀਆਂ ਚਾਹੀਦੀਆਂ, ਤਾਂ ਤੁਸੀਂ ਇੱਕ ਐਸੀ ਸਮਾਲ ਪੈਦਾ ਕੀਤੀ ਹੈਗੀ ਜਿਸ ਦੇ ਬੁਲਟ ਦੇ ਵਿੱਚ ਤੁਸੀਂ ਲੈ ਕੇ ਆਇਓ। ਇਹ ਤਾਂ ਜੀ ਅੱਜ ਵੀ ਪੁਰਾਣੇ ਟਾਈਮ ਤੋਂ ਜਿਹੜਾ ਲੈਣ ਦੇਣ ਦਾ ਸਿਸਟਮ ਔਰ ਸਾਡੇ ਕਲਚਰ ਵਿੱਚ ਚੱਲਿਆ ਆ ਰਿਹਾ, ਮੈਂ ਤਾਂ ਇਸ ਚੀਜ਼ ਨੂੰ ਨਹੀਂ ਪਸੰਦ ਕਰਦਾ। ਬਟ ਕੁਛ ਅੱਜ ਵੀ ਲੋਕ ਨੇ ਜੋ ਡਿਮਾਂਡਸ ਕਰਦੇ ਨੇ ਲੜਕੀ ਵਾਲਿਆਂ ਤੋਂ ਔਰ ਜੋ ਪੈਸੇ ਜਾਂ ਦਹੇਜ ਮੰਗਦੇ ਨੇ ਜਿਹਦੇ ਕਰਕੇ ਅੱਜ ਵੀ ਲੜਕੀਆਂ ਤੰਗ ਨੇ ਜਾਂ ਸੁਸਾਈਡ ਕਰਦੀਆਂ ਨੇ, ਮੈਂ ਉਸ ਚੀਜ਼ ਦੇ ਬਿਲਕੁਲ ਖਿਲਾਫ ਹਾਂ ਔਰ ਸਾਰੇ ਸਮਾਜ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੜਕੀ ਦੇ ਪਰਿਵਾਰ ਨੂੰ ਨਾ ਕਿਸੇ ਚੀਜ਼ ਦੀ ਡਿਮਾਂਡ ਕਰੋ, ਆਪਣੇ ਫੈਮਿਲੀ ਵਾਂਗੂ ਸਮਝ ਕੇ ਤੁਸੀਂ ਉਹਨਾਂ ਦਾ ਵੀ ਸਾਥ ਦਿਓ। ਜੋ ਵੀ ਸਮਰਿੱਧ ਪਰਿਵਾਰ ਜਿੰਨਾ ਹੁੰਦਾ ਮਾਂ ਬਾਪ ਲੜਕੀ ਦੇ ਉਹ ਜਿੰਨਾ ਹੋ ਸਕਦਾ ਆਪਣੀ ਪੋਕਿਟ ਤੋਂ ਸਾਰੇ ਵੱਧ ਹੀ ਕਰਦੇ ਨੇ, ਇਸ ਕਰਕੇ ਤੁਸੀਂ ਡਿਮਾਂਡ ਕਰਕੇ ਆਪਣੇ ਆਪ ਨੂੰ ਆਪ ਨੀਚਾ ਪਾ ਰਹੇ ਹੋ, ਜਿਹੜੀ ਕਿ ਇੱਕ ਸਮਾਜ ਵਾਸਤੇ ਅਭਿਸ਼ਾਪ ਹੈ ਔਰ ਬੁਰੀ ਗੱਲ ਹੈ। ਜੇ ਅਸੀਂ ਇਸ ਚੀਜ਼ ਨੂੰ ਨਾ ਕਰੀਏ ਤਾਂ ਮੈਨੂੰ ਲੱਗਦਾ ਕਿ ਸਾਡਾ ਪਰਿਵਾਰ, ਸਾਡਾ ਸਮਾਜ ਔਰ ਲੋਕ ਖੁਸ਼ਹਾਲੀ ਦੇ ਨਾਲ ਔਰ ਲੜਕੀਆਂ ਬੜੇ ਈਜ਼ੀਲੀ ਆਪਣੇ ਸਾਰੇ ਪਰਿਵਾਰ 'ਚ ਵਿਚਰ ਸਕਦੀਆਂ ਨੇ ਔਰ ਅੱਛਾ ਜੀਵਨ ਬਤੀਤ ਕਰ ਸਕਦੀਆਂ ਨੇ। ਤੁਹਾਡੀ ਧਰਮ ਪਤਨੀ ਨੇ ਨਹੀਂ ਕਿਹਾ ਮੈਂ ਬੁਲਟ 'ਤੇ ਨਹੀਂ ਮੈਂ ਗੱਡੀ 'ਚ ਆਉਣਾ ਚਾਹੁੰਦੀ ਹਾਂ? ਨਹੀਂ, ਇਹ ਐਕਚੁਅਲੀ ਸਾਡਾ ਦੋਨਾਂ ਦਾ ਕੰਬਾਈਂਡ ਡਿਸੀਜ਼ਨ ਸੀਗਾ। ਜਦੋਂ ਮੈਂ US ਦੇ ਵਿੱਚ ਸੀਗਾ ਤਾਂ ਸਾਡੀ ਫੋਨ 'ਤੇ ਗੱਲ ਹੁੰਦੀ ਸੀਗੀ ਅਤੇ ਇਹਨਾਂ ਨੂੰ ਵੀ ਸ਼ੁਰੂ ਤੋਂ ਬੁਲਟ ਬਹੁਤ ਪਸੰਦ ਹੈ ਮੇਰੀ ਫਿਆਂਸੇ ਨੂੰ, ਅਤੇ ਇਹਨਾਂ ਨੇ ਵੀ ਫਿਰ ਕਿਹਾ ਕਿ ਆਪਾਂ ਕਿਉਂ ਨਾ ਇੱਕ ਨਵਾਂ ਟ੍ਰੈਂਡ ਚਲਾਈਏ ਔਰ ਸਮਾਜ ਨੂੰ ਇੱਕ ਨਵਾਂ ਮੈਸੇਜ ਦੇਈਏ। ਜ਼ਰੂਰੀ ਨਹੀਂ ਕਿ ਲੜਕੀਆਂ ਜਿੱਦਾਂ ਜਾਂ ਲੜਕੇ ਕਈ ਕਹਿੰਦੇ ਨੇ ਸ਼ੋਅ ਆਫ ਕਰਨ ਵਾਸਤੇ ਕਿ ਮੈਂ ਵੱਡੀ ਗੱਡੀ 'ਚ ਡੋਲੀ ਲੈ ਕੇ ਜਾਣੀ ਹੈ ਜਾਂ ਜੋ ਵੀ ਹੈ, ਅਤੇ ਅਸੀਂ ਚਾਹਿਆ ਕਿ ਇੱਕ ਸਿੰਪਲ ਜਿਹੇ ਤਰੀਕੇ ਨਾਲ ਬੁਲਟ ਦੇ ਜਾਈਏ ਔਰ ਲੋਕਾਂ ਦੇ ਵਿੱਚੋਂ ਵਿਚਰਦੇ ਹੋਈਏ ਜਾਈਏ ਤਾਂ ਕਿ ਲੋਕ ਦੇਖ ਸਕਣ ਔਰ ਸਾਨੂੰ ਆਪਣੀਆਂ ਦੁਆਵਾਂ ਔਰ ਆਪਣਾ ਆਸ਼ੀਰਵਾਦ ਦੇ ਸਕਣ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।